हाँ जी, मेरे वालों सारे भरावां नूं सत श्री अकाल, नमस्कार। ते जीरो जिहड़े भी अपने देवी देवते, जिहड़े भी गुरु नूं मानदे हो, है ना, सारिआं नूं भाई नमस्कार, है ना। गल वीरो इदां आ वी चक्कर की है यार, की करिए, की बोलीए, की दसीए, कोई इहो जिहा मंच भी है नहीं गा। मन तां बहुत करदा आ वी बहुत जगह जाके बोलीए। मेरे भराओ, कल दी गल है ते चलो, जिहड़ा भाई एक अमृतपाल सिंह बाहर पंजाब दे जथेबंदी चला रहा है ना, ये आके चलो नौजवान मुंडिया नूं प्रेरित कर रहा भी तुसीं अमृत छको, अमृत छको, शीस दो। वो अलग मैटर है यार, हर बंदे दी आपदी लाइफ है, उन्हें की करना कितना नहीं करना, है ना। पर उहदे नाल उह कुछ क जिद्दां बरादरियां आ, कुछ क उहदे विच उह उहनां नूं भंडदा आया, है ना। मैं मेरा मन तां अज सीगा जाण दा भी उहनूं मिलण दा, उहदे नाल दो चार गल्लां करन दा, पर मैनूं अज पता सीगा भी उह अज संडे आ, उह दरबार साहिब आ, ते अज उहने मिलणा नहीं गा। ते इक तां मेरा वीर बण के मैनूं उहदा एड्रैस नहीं पता भी उह कित्थे रहिंदा आ, है ना। ते इक तां आह बेनती है भी जिहदे जिहड़े भरा कोल मेरी वीडियो चल गई ते उहदा मैनूं एड्रैस जां फोन नंबर मेरा वीर, है ना, प्रोवाइड करके दिओ। दिक्कत की है बई, जिहड़े बंदे साडे बारे जाणदे आ जां साडी जिहड़ी बरादरी दे तों मैं बिलोंग करदा, है ना, ठीक है, असी हिंदू गुज्जर हाँ, ठीक है ना वीर। राजस्थान तो लै के, हरियाणे तो लै के, यूपी तो लै के, आल वर्ल्ड दे विच, आल हिंदुस्तान च, पंजाब च ला लो, मेन साडा बलाचौर, हुशियारपुर, रोपड़, है ना, ये एरिए साडे बहुत ज्यादा, साडा साडा समाज है, बहुत वड्डा समाज है। ये एक अहिजा समाज है, बाकी जिहड़ियां हिंदू बरादरियां ने ना ਉਹਦੇ ਵਿੱਚ ਸਾਰੇ ਤੁਹਾਨੂੰ ਬੰਦੇ ਜਿਹੜੇ ਹੈਗੇ ਆ ਉਹ ਮੋਨੇ ਮਿਲਣਗੇ। ਜਾਂ ਜਿਹੜੀ ਇੱਕ ਸਾਡੀ ਗੁੱਜਰ ਬਰਾਦਰੀ ਹੈ, ਸਾਡੀ ਚੌਧਰੀ ਕਾਸਟ ਹੈ, ਜਿਹੜੀ ਅਸੀਂ ਮਗਰ ਆਪਣਾ ਚੌਧਰੀ ਲਾਉਂਦੇ ਹਾਂ, ਸਾਡੀ ਕਮਿਊਨਿਟੀ ਹੈ, ਸਾਡਾ ਏਰੀਆ ਆ, ਬਲਾਚੌਰ ਏਰੀਆ ਸਾਡਾ, ਆਹ ਸਾਰਾ ਏਰੀਆ ਆ, ਸਾਡੇ ਬੰਦੇ ਸਿੱਖ ਵੀ ਨੇ, ਮੋਨੇ ਵੀ ਨੇ, ਅੰਮ੍ਰਿਤ ਵੀ ਛਕਿਆ ਸਾਡੇ ਬੰਦਿਆਂ ਨੇ, ਸਾਡੇ ਬੰਦੇ ਗੁਰੂ ਗ੍ਰੰਥ ਸਾਹਿਬ, ਸੁਖਮਨੀ ਸਾਹਿਬ ਦਾ ਰਹਿਰਾਸ, ਹਰੇਕ ਤਰ੍ਹਾਂ ਦਾ ਜਪਜੀ ਸਾਹਿਬ ਦਾ ਪਾਠ ਕਰਦੇ ਆ, ਗੀਤਾ ਵੀ ਪੜ੍ਹਦੇ ਆ, ਹੈ ਨਾ, ਹਰੇਕ ਤਰ੍ਹਾਂ ਦੇ ਸਾਡੀ ਬਰਾਦਰੀ ਦੇ ਵਿੱਚ ਹਰੇਕ ਤਰ੍ਹਾਂ ਦੇ ਬੰਦੇ ਆ। ਪਰ ਦਿੱਕਤ ਕੀ ਹੈ, ਮੈਨੂੰ ਦੁੱਖ ਕਿਹੜੀ ਗੱਲ ਦਾ ਆ ਵੀ ਉਹ ਬੰਦੇ ਨੇ ਕੀ ਕੀਤਾ, ਕੱਲ੍ਹ ਤੁਸੀਂ ਉਹਦਾ ਬਿਆਨ ਕੱਢ ਕੇ ਦੇਖ ਲਿਓ, ਸੈਚਰਡੇ ਦਾ, ਉਹਨੇ ਇੱਕ ਚੀਜ਼ ਕੱਢ ਕੇ ਦਿੱਤੀ ਹੈ। ਉਹ ਕਹਿੰਦਾ ਵੀ ਇੱਦਾਂ ਦਾ ਕਰਕੇ ਵੀ ਆਉਣ ਵਾਲੇ ਟਾਈਮ 'ਚ ਜੇ ਤੁਸੀਂ ਕੁਛ ਨਾ ਕੀਤਾ ਤੇ ਇੱਥੇ ਸਿਰਫ ਬਈਏ ਜਾਂ ਗੁੱਜਰ ਰਹਿ ਜਾਣੇ ਆ, ਭਈਏ ਰਹਿ ਜਾਣੇ ਆ ਜਾਂ ਗੁੱਜਰ ਰਹਿ ਜਾਣੇ ਆ। ਕਹਿਣ ਦਾ ਮਤਲਬ ਕੀ ਹੈ ਵੀ ਉਹਨੇ ਸਾਡਾ ਕੰਪੈਰੀਜ਼ਨ ਇੱਕ ਭਈਆਂ ਨਾਲ ਕਰ ਦਿੱਤਾ। ਹੈ ਯਾਰ ਤੂੰ ਚੰਗਾ, ਤੂੰ ਪਤਾ ਗੱਲ ਕੀ ਹੈ, ਉਹਦੇ ਵਿੱਚ ਉਹਦਾ ਵੀ ਕਸੂਰ ਨਹੀਂ। ਦਿੱਕਤ ਕੀ ਹੈ, ਜਦੋਂ ਸਾਡੇ ਬਾਰੇ ਗੱਲ ਆਉਂਦੀ ਹੈ ਨਾ, ਗੁੱਜਰਾਂ ਬਾਰੇ ਕੋਈ ਬੋਲ ਦਿੰਦਾ ਯਾਰ ਇਹ ਗੁੱਜਰਾਂ ਨੇ ਆਹ ਕੀਤਾ, ਉਹ ਬਾਈ ਜੀ ਉਹ ਮੁਸਲਮਾਨ ਗੁੱਜਰ ਨੇ, ਉਹ ਸਾਡੇ ਵਾਲੇ ਗੁੱਜਰ ਨਹੀਂ ਗੇ ਜਿਹੜੇ ਮੱਝਾਂ ਲੈ ਕੇ ਖੇਤਾਂ 'ਚ, ਉਹ ਮੁਸਲਮਾਨ ਗੁੱਜਰ ਨੇ, ਠੀਕ ਹੈ। ਕਾਰਨ ਕੀ ਹੈ, ਮੈਂ ਤੁਹਾਨੂੰ ਇੱਕ ਹੋਰ ਹਾਸੋਹੀਣੀ ਗੱਲ ਦੱਸਦਾ ਆ। 96-97 ਦੀ ਗੱਲ ਹੈ, ਮੈਂ SN ਕਾਲਜ, ਸਿੱਖ ਨੈਸ਼ਨਲ ਕਾਲਜ ਬੰਗੀ ਪੜ੍ਹਦਾ ਸੀਗਾ, ਉੱਥੇ ਜੇ ਸਾਨੂੰ ਪੁੱਛਦੇ ਸੀ ਤੁਹਾਡੀ ਕਾਸਟ ਕੀ, ਅਸੀਂ ਕਹਿੰਦਾ ਗੁੱਜਰ, ਉਹ ਵੀ ਸਾਨੂੰ ਮੁਸਲਮਾਨ, ਸਾਡੇ ਕੁਛ ਕੁ, ਮੈਂ ਜਿੱਥੋਂ ਤੱਕ ਆਪਣਾ ਤਜਰਬੇ ਨਾਲ ਕਹਿੰਦਾ, ਸਾਡੇ ਹੁਣ ਵੀ ਕੁਛ ਕੁ ਮੁੰਡੇ ਜਿਹੜੇ ਬਾਹਰ ਪੜ੍ਹਦੇ ਆ ਜਾਂ ਬਾਹਰ ਗਏ ਆ, ਅਸੀਂ ਤਾਂ ਹੁਣ ਮਚੋਰ ਹੋ ਗਏ, ਸਾਨੂੰ ਤਾਂ ਪਤਾ ਲੱਗ ਗਿਆ ਵੀ ਅਸੀਂ, ਸਾਨੂੰ ਕੋਈ ਝਿਜਕ ਨਹੀਂ ਹੈਗੀ, ਕਿਉਂ ਸਾਨੂੰ ਆਪਣੀ ਬਰਾਦਰੀ ਦੀ ਉਪਲਬਧੀਆਂ ਦਾ ਪਤਾ ਆ ਕਿ ਸਾਡੀ ਬਰਾਦਰੀ 'ਚ ਕਿਹੋ ਜਿਹੇ ਬੰਦੇ ਆ, ਉਹਨਾਂ ਨੇ ਕੀ ਕਾਰਨਾਮੇ ਕੀਤੇ ਆ। ਸਾਡੇ ਜਿਹੜੇ ਹੁਣ ਨਵੇਂ ਮੁੰਡੇ ਨਾ, ਅਜੇ ਵੀ ਉਹ ਅਜੇ ਵੀ ਜਾ ਕੇ ਆਪਣਾ ਗੁੱਜਰ ਸ਼ਬਦ ਦੱਸਣ ਤੋਂ ਵੀ ਅਸੀਂ ਗੁੱਜਰ ਹਾਂ, ਉਹ ਪਤਾ ਨਹੀਂ ਪਰਹੇਜ਼ ਕਰਦੇ ਆ। ਉਹ ਕਿਉਂ ਕਰਦੇ ਆ, ਕਿਉਂਕਿ ਜਿਹੜੀ ਸਾਡੀ ਬਰਾਦਰੀ ਆ, ਸਾਡੇ ਲੋਕ ਆ, ਅਸੀਂ ਕਿਸੇ ਵੀ ਮੰਚ ਤੋਂ ਇਹ ਚੀਜ਼ ਲੋਕਾਂ ਨੂੰ ਨਹੀਂ ਦੱਸ ਰਹੇ। ਜੇ ਇਹੀ ਸ਼ਬਦ ਹੁਣ ਉਹਨੇ ਅੰਮ੍ਰਿਤਪਾਲ ਨੇ ਗੁੱਜਰਾਂ ਤੋਂ, ਭਈਆਂ ਤੋਂ ਇਲਾਵਾ, ਜੇ ਇਹ ਸ਼ਬਦ ਕਿਸੇ ਹਿੰਦੂ ਨੇ ਇਹ ਕਿਹਾ ਹੁੰਦਾ ਵੀ ਜਿਹੜੇ ਆਹ ਸਿੱਖ ਸੁੱਖ ਤੁਰੇ ਫਿਰਦੇ ਆ, ਹੈਂ, ਇਹਨਾਂ ਦਾ ਹਾਲ, ਤਾਂ ਇੱਥੇ ਪਤਾ ਨਹੀਂ ਕਿੰਨੀਆਂ ਕੁ ਜਥੇਬੰਦੀਆਂ, ਕਿੰਨੇ ਕੁ ਲੋਕਾਂ ਨੇ ਆ ਜਾਣਾ ਸੀਗਾ ਜੀ, ਮਾਰ ਦਾਂਗੇ, ਚੱਕ ਦਾਂਗੇ, ਰੱਖ ਦਾਂਗੇ। ਅਸੀਂ ਇਹ ਨਹੀਂ ਕਹਿੰਦੇ ਮਾਰਨ ਮੁਰਨ ਨੂੰ ਜਾਂ ਚੱਕ ਕੇ ਕਿਸੇ ਦੇ ਸੱਟਾਂ ਮਾਰਨ ਨੂੰ, ਕੁਛ ਵੀ ਕਰਨ ਨੂੰ, ਤੇ ਸਾਡੇ ਬੰਦੇ ਕਿਤੇ ਕਮਜ਼ੋਰ ਹੈ, ਸਾਡੀ ਬਰਾਦਰੀ ਸ਼ਰੀਫ ਹੈ, ਸਾਡੇ ਬੰਦੇ ਸਮਝਦਾਰ ਹੈ, ਉਹ ਇਹ ਚੀਜ਼ਾਂ ਪ੍ਰੋਟੈਸਟ, ਉਹ ਚੀਜ਼ਾਂ ਦੇ ਨਹੀਂ ਚੱਕਰਾਂ 'ਚ, ਕਹਿੰਦੇ ਕੋਈ ਗੱਲ ਨਹੀਂ ਯਾਰ, ਕੋਈ ਬੋਲਦਾ ਬੋਲੀ ਜਾਵੇ। ਧਰਮ ਦੇ ਪੱਖੋਂ ਇਹ ਧਰਮ ਦਾ ਦਿੱਕਤ ਕਿੱਥੇ ਆਉਂਦੀ ਹੈ, ਜਿਹੜੀ ਸਾਡੀ ਬਰਾਦਰੀ ਹੈ ਇਹ ਆਪਣੇ ਧਰਮ ਦਾ ਜ਼ਿਆਦੇ ਸ਼ੋਅ ਆਫ ਨਹੀਂ ਕਰਦੇ, ਮੰਨਦੇ ਇੰਨੇ ਕੁ ਜ਼ਿਆਦੇ ਹੈ, ਕਿਉਂ ਸਾਡੇ ਬੰਦੇ ਨਹੀਂ ਤੜਕੇ 4 ਵਜੇ ਉੱਠ ਕੇ ਪਾਠ ਕਰਦੇ, ਸਾਡੇ ਬੰਦੇ ਨਹੀਂ ਗੁਰਦੁਆਰੇ ਮੰਦਰਾਂ 'ਚ ਸੇਵਾ ਕਰਦੇ, ਸਭ ਕੁਛ ਕਰਦੇ ਆ, ਠੀਕ ਹੈ। ਸਪੂਰੀ ਵਾਲੇ ਦੀ ਜਿਹੜੀ ਸੰਸਥਾ ਆ, ਸੰਪਰਦਾ ਆ, ਸਾਡੇ ਬੰਦੇ ਉਹਦੇ ਨਾਲ ਤਨੋ ਮਨੋ ਜੁੜੇ ਹੋਏ ਆ, ਠੀਕ ਹੈ ਨਾ।
ਹੁਣ ਜੇ ਅਸੀਂ ਕਿਸੇ ਨੂੰ ਇਹ ਚੀਜ਼ ਦੱਸਾਂਗੇ, ਸਿਰਫ ਦਿੱਕਤ ਕੀ ਹੈ, ਇਹ ਲੋਕ ਜੋ ਆਪਾਂ ਮੂਹਰੇ ਹੋ ਕੇ ਸ਼ੋਅ ਅਪ ਕਰ ਦਿੰਦੇ ਆ, ਠੀਕ ਹੈ ਵੀ ਅਸੀਂ ਜੀ ਗੁਰੂ ਦੇ ਸਿੰਘ ਹਾਂ, ਅਸੀਂ ਇੱਦਾਂ ਆ, ਅਸੀਂ ਨਾਲ ਜੁੜੇ ਹਾਂ, ਸਾਡੇ ਬੰਦੇ ਜਿਹੜਾ ਸ਼ੋਅ ਆਫ ਨਹੀਂ ਕਰਦੇ, ਦਿੱਕਤ ਇਹ ਹੈ। ਪਰ ਹੁਣ ਬਾਈ ਜੀ ਸ਼ੋਅ ਆਫ ਆਪਾਂ ਨੂੰ ਕਰਨਾ ਪੈਣਾ ਆ। ਮੇਰਾ ਵੀਡੀਓ ਪਾਉਣ ਦਾ ਮਤਲਬ ਇਹ ਆ, ਉਹਨੇ ਜੇ ਤੁਸੀਂ ਕੱਲ੍ਹ ਦਾ ਸੁਣੋਗੇ ਤਾਂ ਯਾਰ ਮੇਰੇ ਤਾਂ ਗੱਲ ਬਰਦਾਸ਼ਤ ਨਹੀਂ ਹੋਈ, ਮੈਂ ਤਾਂ ਇੱਕ ਵਾਰ ਜਾ ਕੇ ਉਹਨੂੰ ਜ਼ਰੂਰ ਮਿਲਣਾ ਆ ਅਤੇ ਪਰਸਨਲੀ ਮਿਲਣ ਤੋਂ ਬਾਅਦ ਉਹਨੂੰ ਦੱਸਣਾ ਆ, ਉਹਦੇ ਦਿਮਾਗ 'ਚ ਖਾਨੇ ਗੱਲ ਪਾਉਣੀ ਹੈ ਵੀ ਭਰਾ ਮੇਰਿਆ ਹੁਣ ਇਹ ਹਰੇਕ ਮੰਚ ਤੋਂ ਜਾ ਕੇ ਜੋ ਪਿੱਛੇ ਹੋ ਗਿਆ ਹੋ ਗਿਆ, ਗਾਂਹ ਤੋਂ ਇਹ ਚੀਜ਼ ਨਾ ਕਰ ਵੀ ਜੇ ਇੱਥੇ ਆਹ ਨਾ ਹੋਇਆ ਤਾਂ ਸਿੱਖ ਦੇ ਨਹੀਂ ਰਹਿਣੇ, ਇੱਥੇ ਸਿਰਫ ਭਈਏ ਗੁੱਜਰ ਰਹਿ ਜਾਣੇ ਆ। ਬਾਈ ਜੀ ਸਾਨੂੰ ਅੰਮ੍ਰਿਤਪਾਲ ਵੀਰ ਤੈਨੂੰ ਮਿਲਾਂਗੇ, ਔਰ ਜੇ ਵੀਡੀਓ ਤੇਰੇ ਤੱਕ ਪਹੁੰਚ ਜਾਵੇ ਤਾਂ ਮੱਚ ਬੈਟਰ ਹੈ, ਤੈਨੂੰ ਦੱਸਾਂਗੇ ਬਾਈ ਜੀ ਸਾਡਾ ਤੂੰ ਕੰਪੈਰੀਜ਼ਨ ਭਈਆਂ ਨਾਲ ਨਾ ਕਰ ਮੇਰਾ ਭਰਾ, ਠੀਕ ਹੈ ਨਾ। ਮੈਂ ਪਹਿਲਾਂ ਦੱਸ ਚੁੱਕਾ ਸਾਡੇ ਬੰਦੇ ਪੱਗਾਂ ਵੀ ਬੰਨਦੇ ਆ, ਸਾਡੇ ਬੰਦੇ ਮੋਨੇ ਵੀ ਆ, ਸਾਡੇ ਬੰਦੇ ਦਰਬਾਰ ਸਾਹਿਬ ਵੀ ਜਾਂਦੇ ਆ, ਆਨੰਦਪੁਰ ਸਾਹਿਬ ਵੀ ਜਾਂਦੇ ਆ, ਸਾਡੇ ਬੰਦੇ ਪੀਰ ਨਗਾਹੇ ਦੇਵੀ ਦੇਵਤਿਆਂ ਦੇ ਵੀ ਜਾਂਦੇ, ਹਰੇਕ ਧਰਮ ਨੂੰ। ਸਿਰਫ ਇੱਕ ਸਾਡੀ ਗੁੱਜਰ ਬਰਾਦਰੀ ਆ ਜਿਹੜੀ ਹਰੇਕ ਧਰਮ ਨੂੰ ਮੰਨਦੀ ਆ, ਕੋਈ ਬਰਾਦਰੀ ਕੱਢ ਕੇ ਵੇਖ ਲਓ। ਸੋ ਮੈਂ ਇੱਕ ਇਹ ਕਹਿਣਾ ਚਾਹੁੰਦਾ ਹਾਂ ਵੀ ਉਹਦਾ ਕੰਟੈਕਟ 'ਤੇ ਜਾ, ਉਹਦਾ ਪਤਾ ਕਰੋ। ਅਤੇ ਇੱਕ ਮੇਰੇ ਵੀਰ, ਮੇਰਾ 9871769015, 9871769015, ਅਤੇ ਇਹਦੇ 'ਤੇ ਮੇਰੇ ਵੀਰ ਜੇ ਤੁਹਾਨੂੰ ਇਹ ਮੇਰੀ ਗੱਲ ਚੰਗੀ ਲੱਗੀ ਹੈ ਕੰਟੈਕਟ ਕਰਿਓ, ਆਪਾਂ ਕਿਤੇ ਇਕੱਠੇ ਹੋ ਕੇ ਮਿਲ ਕੇ ਆਪਾਂ ਇਹਦੇ ਬਾਰੇ ਆਪਾਂ ਯਾਰ ਕਿਤੇ ਨਾ ਕਿਤੇ ਆਪਾਂ ਇਕੱਠੇ ਹੋ ਕੇ ਨਾ ਇਹ ਚੀਜ਼ ਦਾ ਆਪਾਂ ਮੁੱਦਾ ਚੱਕਣਾ ਆ, ਇਹ ਪ੍ਰੋਟੈਸਟ ਕਰਨਾ ਆ। ਇੱਕ ਵਾਰ ਆਪਾਂ ਜਾ ਕੇ ਉਹਨਾਂ ਨੂੰ ਮਿਲਣਾ ਆ, ਆਪਾਂ ਭਾਈਚਾਰੇ ਨਾਤੇ ਕਹਿਣਾ ਆ, ਠੀਕ ਹੈ। ਉਹ ਜੇ ਤੁਸੀਂ ਮੇਰੇ ਨਾਲ ਚੱਲੋਗੇ, ਮੈਂ ਤੁਹਾਨੂੰ ਨੰਬਰ ਆਪਣਾ ਦੇ ਚੁੱਕਾ ਆ, ਅਤੇ ਮੈਨੂੰ ਬਹੁਤ ਵਧੀਆ ਲੱਗੂਗਾ ਵੀ ਆਪਾਂ 5-7-10 ਬੰਦੇ ਆਪਾਂ ਇਕੱਠੇ ਹੋ ਕੇ ਚੱਲੀਏ, ਹੈ ਨਾ। ਉਹ ਤੋਂ ਬਾਅਦ ਜਿਹੜੀ ਸਾਡੀ ਬਰਾਦਰੀ ਦੇ ਪੁਰਾਣੇ ਜਿਹੜੇ ਪ੍ਰਧਾਨ ਨੇ ਜਾਂ ਸਾਡੀ ਬਰਾਦਰੀ ਨੇ ਮੋਹਰੇ ਕੀਤੇ ਹੋਏ ਆ, ਉਹਨਾਂ ਨੂੰ ਮਿਲ ਕੇ ਮੈਂ ਚਾਹੁੰਦਾ ਹਾਂ ਵੀ ਬਲਾਚੌਰ ਏਰੀਏ ਦੇ ਵਿੱਚ, ਨਵਾਂਸ਼ਹਿਰ ਏਰੀਏ ਦੇ ਵਿੱਚ 2-4, ਮੈਂ ਹਲੇ ਮੈਂ ਆਪਣੇ ਜਿਹੜੇ ਸਾਡੇ ਭਰਾ ਨੇ ਇੱਧਰ ਕਾਠਗੜ੍ਹ ਹੋ ਗਿਆ, ਬਲਾਚੌਰ ਹੋ ਗਿਆ, ਰੋਪੜ ਸਾਈਡ ਜਿਹੜੇ ਪਿੰਡ ਨੇ, ਇੱਧਰ ਸਾਡਾ ਗੜਸ਼ੰਕਰ ਏਰੀਆ ਹੋ ਗਿਆ, ਇਹ ਮੈਂ ਜਿਹੜੇ ਆਪਣੇ ਮੇਨ ਭਰਾ ਨੇ ਜਿਹਨਾਂ ਤੱਕ ਨੂੰ ਮੈਂ ਜਾਣਦਾ ਹਾਂ, ਹੈ ਨਾ, ਜਿਹੜੇ ਵਧੀਆ ਰਾਜਨੀਤੀਜੀਵੀ ਨੇ ਜਾਂ ਵਧੀਆ ਪਹੁੰਚ ਰੱਖਦੇ ਆ, ਮੈਂ ਉਹਨਾਂ ਨੂੰ ਮਿਲੂੰਗਾ ਪਰਸਨਲੀ। ਮੈਂ ਉਹਨਾਂ ਵੀਰਾਂ ਨੂੰ ਕਹਿ ਕੇ ਵੀ ਆਪਦੇ ਏਰੀਏ ਦੇ ਵਿੱਚ ਯਾਰ ਇੱਕ ਇਹ ਚੀਜ਼ ਕਰੋ, ਹੈ ਨਾ, ਆਪਾਂ ਨੂੰ ਯਾਰ ਕਰਨ ਦੀ ਲੋੜ ਹੈ, ਆਪਾਂ ਯਾਰ ਪਾਰਟੀਬਾਜ਼ੀ ਛੱਡ ਕੇ ਇਹ ਚੀਜ਼ ਦਾ ਆਪਾਂ ਕਰੀਏ ਯਾਰ। ਕਿਉਂਕਿ ਬਾਈ ਜੀ ਜਿਹੜਾ ਆਉਣ ਵਾਲਾ ਸਮਾਂ ਆ, ਮੇਰਾ ਯਾਦ ਰੱਖਿਓ, ਜੋ ਚੀਜ਼ ਹੋ ਰਹੀ ਹੈ, ਜਿੱਦਾਂ ਹੁਣ ਨਵੇਂ ਮੁੰਡੇ ਅੰਮ੍ਰਿਤ ਛਕ ਕੇ ਇਹ ਬਾਣੇ 'ਚ ਆ ਰਹੇ ਹੈ, ਉਹਨਾਂ ਦੇ ਦਿਮਾਗ 'ਚ ਇੱਕ ਗਲਤ ਫਹਿਮੀ ਬੈਠ ਰਹੀ ਹੈ ਵੀ ਅੰਮ੍ਰਿਤ ਛਕ ਕੇ ਬਾਣਾ ਪਾ ਕੇ ਵੀ ਅਸੀਂ ਕੁਛ ਵੀ ਕਰ ਸਕਦੇ ਹਾਂ, ਆਪਾਂ ਕਿਸੇ ਨੂੰ ਵੀ ਰੋਕ ਸਕਦੇ ਹਾਂ, ਕੁਛ ਵੀ ਕਰ ਸਕਦੇ ਹਾਂ, ਠੀਕ ਹੈ। ਉਹਦਾ ਪ੍ਰਚਾਰ ਇਹ ਹੋ ਰਿਹਾ ਆ, ਤੁਸੀਂ ਗੁਰੂ ਦੇ ਲੜ ਲੱਗੋ ਅਤੇ ਸ਼ਸਤਰ ਲਓ ਰੱਖੋ, ਸਮਝਦਾ ਮੇਰੀ ਗੱਲ ਨੂੰ। ਉਹਦੇ ਵਿੱਚ ਕੀ ਹੈ, ਮੈਂ ਇਹ ਚਾਹੁੰਦਾ ਵੀ 17-18-20 ਸਾਲ ਦੇ ਨਵੇਂ ਮੁੰਡੇ ਆ, ਉਹ ਕਿਤੇ ਇਹ ਨਾ ਸੋਚਣ ਵੀ ਅੰਮ੍ਰਿਤ ਛਕ ਕੇ ਕਿਤੇ 2 ਨੰਬਰ ਦਾ ਹਥਿਆਰ ਰੱਖਣਾ, ਉਹਨਾਂ ਨੂੰ ਹੌਲੀ ਹੌਲੀ ਆਪ ਹੀ ਪਤਾ ਲੱਗ ਜਾਣਾ ਵੀ 2 ਨੰਬਰ ਦਾ ਅਸਲਾ ਰੱਖਣਾ ਅਤੇ ਨਾਲ ਜਦੋਂ ਪੁੜੇ ਕੁੱਟ ਹੋਣੇ ਜੇਲ੍ਹ ਜਾਣਾ, ਆਪ ਹੀ ਪਤਾ ਲੱਗ ਜਾਊਗਾ। ਸੋ ਆਪਾਂ ਤਾਂ ਯਾਰ ਆਪਣੀ ਬਰਾਦਰੀ ਬਾਰੇ ਵੀ, ਸਾਡੀ ਬਰਾਦਰੀ ਬਾਰੇ ਕੋਈ ਗਲਤ ਨਾ ਬੋਲੇ, ਇਹ ਚੀਜ਼ ਦਾ ਮੈਂ ਪ੍ਰਚਾਰ ਕਰਨਾ ਚਾਹੁੰਦਾ ਹਾਂ। ਦੁੱਖ ਲੱਗਦਾ ਆ ਅਤੇ ਦੁੱਖ ਮੈਨੂੰ ਪਤਾ ਹਰੇਕ ਬਰਾਦਰੀ ਦੇ ਬੰਦੇ ਨੂੰ ਲੱਗਦਾ ਆ, ਸਿਰਫ ਦਿੱਕਤ ਕੀ ਆ ਯਾਰ, ਅਗਲਾ ਕਹਿੰਦਾ ਯਾਰ ਕੀ ਕਰੀਏ, ਜੇ ਆਪਣਾ ਕੋਈ ਦਫ਼ਤਰ ਹੋਊਗਾ ਜਾਂ ਆਪਣਾ ਕੋਈ ਮੁੰਡੇ ਪ੍ਰਧਾਨ, ਆਪਾਂ ਯਾਰ ਕੋਈ ਏਰੀਆ ਦਾ ਬਲਾਚੌਰ ਏਰੀਆ ਆ ਜਿਹੜੇ ਉੱਧਰ ਕੋਈ ਪ੍ਰਧਾਨ ਨੇ ਜਾਂ ਹੋਰ ਨੇ, ਆਪਾਂ ਉਹਨਾਂ ਦੇ ਨਾਲ ਹੋ ਕੇ ਆਪਾਂ ਕਿਤੇ ਨਾ ਕਿਤੇ ਇਹ ਚੀਜ਼ ਦਾ ਯਾਰ ਉਪਰਾਲਾ ਕਰੀਏ, ਕੋਈ ਕਮੇਟੀ ਬਣਾਓ, ਕੁਛ ਕਰੋ ਅਤੇ ਕੱਲ੍ਹ ਨੂੰ ਕੋਈ ਵੀ ਬੰਦਾ ਗੁੱਜਰ ਬਰਾਦਰੀ ਬਾਰੇ ਕੁਛ ਬੋਲਦਾ ਆ ਅਤੇ ਉਹਨਾਂ ਨੂੰ ਪਤਾ ਹੋਵੇ ਅਤੇ ਨਹੀਂ ਯਾਰ ਜੇ ਆਪਾਂ ਇਹ ਬਰਾਦਰੀ ਬਾਰੇ ਕੁਛ ਬੋਲੇ ਤਾਂ ਯਾਰ ਉਹ ਬੰਦੇ ਆ ਕੇ ਖੜਨਗੇ। ਹੁਣ ਉਹਨੇ ਮੂੰਹ ਚੱਕ ਕੇ ਬੋਲ ਦਿੱਤਾ ਆ ਇੱਥੇ ਗੁੱਜਰ ਗਾਜਰ ਰਹਿ ਜਾਣੇ ਆ ਜਾਂ ਭਈਏ ਭੁਈਏ ਰਹਿ ਜਾਣੇ ਆ ਅਕਸਰ ਨੂੰ, ਯਾਰ ਕੋਈ ਵੀ ਕੱਲ੍ਹ ਨੂੰ ਇਹ ਬੋਲਿਆ ਕੱਲ੍ਹ ਨੂੰ ਕੋਈ ਹੋਰ ਬੋਲੂਗਾ, ਪਤਾ ਤਾਂ ਲੱਗੇ ਯਾਰ ਕਿ ਗੁੱਜਰ ਬਰਾਦਰੀ ਹੈ ਕੀ ਹੈ। ਸੋ ਮੇਰੀ ਇਹ ਬੇਨਤੀ ਹੈ ਅਤੇ ਆਪਾਂ ਇਹ ਚੀਜ਼ ਦਾ ਬਾਈ ਮੇਰੇ ਨਾਲ ਮਾੜਾ ਵੀਰ ਬਣ ਕੇ ਕਰਿਓ ਕੰਟੈਕਟ ਅਤੇ ਆਪਾਂ ਯਾਰ ਇਕੱਠੇ ਹੋ ਕੇ ਬਲਾਚੌਰ ਕੋਈ ਮੀਟਿੰਗ ਰੱਖੀਏ ਅਤੇ ਉਹ ਤੋਂ ਬਾਅਦ ਜਿੱਦਾਂ ਸਾਰੇ ਭਰਾ ਕਹਿਣਗੇ ਆਪਾਂ ਯਾਰ ਇਹ ਚੀਜ਼ ਬਾਰੇ ਕੁਛ ਕਰੀਏ, ਹੈ ਨਾ। ਸੋ ਮੇਰੀ ਆਹ ਬੇਨਤੀ ਹੈ, ਇਹਦੇ ਵਿੱਚ ਇਹ ਨਹੀਂ ਹੈ ਵੀ ਕੋਈ ਕ੍ਰੈਡਿਟ ਲੈਣਾ ਕਿਸੇ ਨੇ ਜਾਂ ਕੁਛ ਵੀ ਹੈ, ਹੈ ਨਾ। ਇਹ ਚੀਜ਼ ਮੇਰਾ ਵੀਰ ਬਣ ਕੇ ਛੱਡ ਕੇ ਇੱਕ ਭਾਈਚਾਰੇ ਨਾਤੇ, ਠੀਕ ਹੈ ਨਾ, ਅਤੇ ਜਿਹੜੇ ਸਾਡੇ ਕਿਉਂਕਿ ਸਾਡੇ ਪੁਰਾਣੇ ਜਿਹੜੇ ਸਿਆਣੇ ਬੰਦੇ ਆ ਨਾ ਜਿਹੜੇ ਪ੍ਰਧਾਨ ਨੇ ਜਾਂ ਸਾਡੀ ਬਰਾਦਰੀ ਦੇ ਮੋਹਤਵਰ ਹੈ, ਬਾਈ ਜੀ ਉਹ ਬੰਦਿਆਂ ਦਾ ਹੁਣ ਉਹ ਸਮਾਂ ਨਹੀਂ ਹੈਗਾ ਵੀ ਉਹ ਜਾ ਕੇ ਕਿਸੇ ਨਾਲ ਬਹਿਸ ਕਰਨ ਜਾਂ ਕੁਛ ਕਰਨ, ਇਹ ਆਪਾਂ ਨੂੰ ਹੁਣ ਕਰਨਾ ਪੈਣਾ ਹੈ ਨਾ, ਜਿਹੜੀ ਉਹਨਾਂ ਦੀ ਡਿਊਟੀ ਆਪਾਂ ਉਹਨਾਂ ਤੋਂ ਲਵਾਂਗੇ, ਹੈ ਨਾ। ਸੋ ਮੇਰੇ ਵੀਰ ਬਣ ਕੇ ਜਿੱਦਾਂ ਬਾਕੀ ਬਰਾਦਰੀਆਂ ਆ ਇਕੱਠੀਆਂ ਹੋ ਕੇ ਆਪਣਾ, ਕੱਲ੍ਹ ਨੂੰ ਇਹ ਨਾ ਹੋਵੇ ਹੁਣ ਜਿੱਦਾਂ ਸਿੱਖ ਬਰਾਦਰੀ ਆ ਇਕੱਠੀ ਹੋ ਰਹੀ ਹੈ ਜਾਂ ਕੁਛ ਵੀ ਹੈ, ਕੱਲ੍ਹ ਨੂੰ ਇਹ ਨਾ ਹੋਵੇ ਵੀ ਹਿੰਦੂਆਂ ਨੂੰ ਕਿਸੇ ਗੱਲ ਦਾ ਖਤਰਾ ਹੋ ਜਾਵੇ,
ਅਕਸਰ ਨੂੰ ਜੇ ਆਪਾਂ ਉਹਨਾਂ ਨੂੰ ਇਹ ਗੱਲ ਦੱਸਾਂਗੇ ਵੀ ਭਰਾ ਮੇਰੇ ਉਹ ਅਸੀਂ ਵੀ ਤੁਹਾਡੇ ਵਿੱਚੋਂ ਹੀ ਹਾਂ, ਅਸੀਂ ਸਿੱਖ ਵੀ ਹਾਂ, ਅਸੀਂ ਹਰੇਕ ਤਰ੍ਹਾਂ ਦੇ ਹੈ ਨਾ, ਅਸੀਂ ਹਰੇਕ ਤਰ੍ਹਾਂ ਦੇ ਉਹ ਹਾਂ, ਠੀਕ ਹੈ ਨਾ। ਸੋ ਮੇਰੀ ਆਹੀ ਬੇਨਤੀ ਹੈ ਮੇਰੇ ਭਰਾ ਬਣ ਕੇ ਕਰਿਓ ਕੰਟੈਕਟ, ਅਤੇ ਇੱਕ ਮੈਨੂੰ ਉਹਦਾ ਐਡਰੈਸ ਜਾਂ ਫੋਨ ਨੰਬਰ ਮਿਲ ਜੇ ਤਾਂ ਮੈਂ ਉਹਦੇ ਨਾਲ ਗੱਲ ਕਰਨੀ ਹੈ, ਗੱਲ ਕਰਕੇ ਮੀਡੀਆ 'ਤੇ ਪਾਵਾਂਗੇ, ਅਤੇ ਆਪਾਂ ਜਿਹੜਾ ਉਹਦੇ ਦਿਮਾਗ 'ਚ ਕੋਈ ਗਲਤ ਫਹਿਮੀ ਹੈ ਸਾਡੀ ਬਰਾਦਰੀ ਬਾਰੇ ਉਹ ਮੈਂ ਕੱਢਣੀ ਚਾਹੁੰਦਾ ਹਾਂ। ਕਿਉਂਕਿ ਇਹ ਜਿਹੜੀ ਗੁੱਜਰ ਬਰਾਦਰੀ ਹੈ, ਇਹ ਜਿਹਨੂੰ ਪਤਾ ਆ ਤਾਂ ਉਹਨੂੰ ਹੀ ਪਤਾ ਆ ਵੀ ਬਰਾਦਰੀ ਕਿੰਨੀ ਵਿਸ਼ਾਲ ਹੈ, ਕਿੰਨੀ ਵੱਡੀ ਹੈ। ਠੀਕ ਹੈ ਬਾਈ ਜੀ, ਸੋ ਥੈਂਕ ਯੂ ਬਾਈ, ਹਾਂ ਮਿਲਿਓ ਬਾਈ, ਕਰਿਓ ਕੰਟੈਕਟ, ਹੈ ਨਾ। ਓਕੇ, ਥੈਂਕ ਯੂ ਬਾਈ, ਓਕੇ ਬਾਈ, ਸਾਰਿਆਂ ਨੂੰ ਬਾਏ।